ਸੱਚੀ ਸਲਵਾਰ। ਸਲਵਾਤ ਦੱਬਣ ਆਦਿਮ ਇਬਾਦਤ ਤੇ ਉੱਚੀ ਸਲਵਾਤ ਪੜ੍ਹੋ। ਮਾਲਕ ਜ਼ਿਕਰ ਦਾ ਸਦਕਾ ਜਿਤਨੇ ਮਰਹੂਮੀਨ ਕਾਜ਼ੀ ਆਸ਼ਿਕ ਹੁਸੈਨ ਮਲੰਗ ਖਲੀਲ ਅਹਿਮਦ ਭੁੱਟਾ ਸਾਹਿਬ ਮਹਿਰ ਮਨਜ਼ੂਰ ਹੁਸੈਨ ਜੁਮਲਾ ਸਾਦਾਤ ਮੁਮਿਨੀਨ ਮਾਲਕ ਦਰਜਾਤ ਬੁਲੰਦ ਫਰਮਾ। ਜ਼ਿਕਰ ਦਾ ਸਦਕਾ ਜਿਹੜੇ ਬਿਮਾਰ ਹਨ ਸ਼ਿਫਾ ਅਤਾ ਫਰਮਾਵੇ। ਮਲਕ ਮੁਖਤਾਰ ਹੁਸੈਨ ਜ਼ੌਜਾ ਕਾਜ਼ੀ ਆਸ਼ਿਕ ਹੁਸੈਨ ਮਾਲਕ ਉਹਨਾਂ ਨੂੰ ਸਿਹਤ ਸਲਾਮਤੀ ਅਤਾ ਫਰਮਾ। ਜਿਹੜੀਆਂ ਦੁਆਵਾਂ ਮਾਲਕ ਕਬੂਲ ਫਰਮਾਵੇ ਬਸ਼ਰਤ ਜ਼ਿੰਦਗੀ। ਜਿਹਨਾਂ ਜ਼ਿਕਰ ਵਾਸਤੇ ਕੋਸ਼ਿਸ਼ ਮਿਹਨਤ ਕਾਵਿਸ਼ ਕੀਤੀ ਹੈ ਮਾਂ ਹੁਸੈਨ ਦੀ ਡਿਊਟੀ ਕਬੂਲ ਫਰਮਾਵੇ। ਜਿਹੜੇ ਆਮੀਨ ਨਹੀਂ ਪਿਆਦੇ ਮੇਰਾ ਮੌਲਾ ਆਮੀਨ ਆਖਣ ਦੀ ਤੌਫੀਕ ਅਤਾ ਫਰਮਾਵੇ। 28 ਸਫ਼ਰ ਇਮਾਮ ਵਰਗਾ ਮਹਾਜਰੀਨ ਬਸ਼ਰਤ ਜ਼ਿੰਦਗੀ ਠੀਕ 9:30 ਵਜੇ ਨੌਕਰੀ ਅਦਾ ਕਰ ਸਕ। ਇਜਾਜ਼ਤ ਹੋਵੇ ਜੇ ਸਰਦਾਰ ਦੀ ਨੌਕਰੀ ਸ਼ੁਰੂ ਕਰੀਏ ਜੀ। ਮੇਰੇ ਨਬੀ ਕੋ ਜ਼ਮਾਨਾ ਸਲਾਮ ਕਰਤਾ ਹੈ ਮਗਰ ਹੁਸੈਨ ਕੋ ਨਾ ਨਾ ਸਲਾਮ ਕਰਤਾ ਹੈ। ਮੈਂ ਤੇਰਾ ਵਕਤ ਜ਼ਾਇਆ ਨਹੀਂ ਕੀਤਾ ਤੂੰ ਮੇਰਾ ਵਕਤ ਨਾ ਜ਼ਾਇਆ ਕਰ। ਇਮਾਮ ਹੁਸੈਨ ਦੀ ਅਮਰ ਆ ਦਿਓ ਬਿਸਮਿਲ੍ਲਾ ਕਰ ਬਿਸਮਿਲ੍ਲਾ ਕਰ ਜੀ ਵਫਾਕ। ਮੇਰੇ ਨਬੀ ਕੋ ਬਿਸਮਿਲ੍ਲਾ ਮੇਰੇ ਨਬੀ ਕੋ ਜ਼ਮਾਨਾ ਸਲਾਮ ਕਰਤਾ ਹੈ ਮਗਰ ਹੁਸੈਨ ਮੇਰੇ ਨਾਲ ਵੇਖਣਾ ਮਗਰ ਹੁਸੈਨ ਕੋ ਨਾ ਨਾ ਸਲਾਮ ਕਰਤਾ ਹੈ। ਮੈਂ ਇੱਕ ਸਦਰ ਪੜ੍ਹਨ ਲੱਗਾ ਜ਼ਿਕਰ ਚਾਇਆ ਕਰ ਮੈਂ ਵੇਦਰ ਆਨਾ ਅਲੀਪੁਰ ਗਲਵਾਂ। ਇੱਕ ਮਿਜ਼ਾਜ ਇੱਕ ਮਿਆਰ ਇੱਕ ਸਟੇਟਸ ਇੱਕ ਲੈਵਲ ਹੈ ਜਿਸ ਮਿਆਰ ਤੇ ਉਸ ਮਿਆਰ ਤੇ ਬੋਲਿਆ ਕਰ। ਜ਼ਿਕਰ ਚਾ ਕੇ ਸਿਰ ਨਹੀਂ ਹਿਲਾਉਣਾ ਚਾਹੀਦਾ। ਹੈਦਰ ਹੈਦਰ ਬੋਲ ਰਿਹਾ ਹੈ ਕਾਨੋ ਮੇ ਰਸ ਖੋਲ ਰਿਹਾ ਹੈ ਏਕ ਅਲੀ ਕੇ ਨਾਮ ਕਾ ਨਾਰਾ ਸਭ ਕੇ ਸਜਰੇ ਖੋਲ ਰਿਹਾ ਹੈ। ਸ਼ਾਬਾਸ਼ ਉੱਚਾ ਉੱਚਾ ਤੋੜਦਾ ਹੀ ਬੋਲ ਹੈਦਰੀ। ਜ਼ਾਲਿਮ ਡਰਾ ਹੈ ਜ਼ੁਲਮ ਕੀ ਤਸ਼ਹੀਰ ਸੇ ਸਦਾ। ਇਨਸਾਨੀਅਤ ਕਦੋਂ ਕਾ ਯੇ ਕਾਨੂੰਨ ਠੀਕ ਹੈ ਯਾ ਇਹਤਜਾਜ ਕਰਨੇ ਦੇ ਕਤਲੇ ਹੁਸੈਨ ਕਾ ਯਾ ਮਾਨ ਉਸਕੇ ਕਤਲ ਮੇ ਤੂੰ ਵੀ ਸ਼ਰੀਕ ਹੈ। ਤੁਸੀਂ ਨਹੀਂ ਬੋਲੇ ਤੁਸੀਂ ਪਿੱਛੇ ਬਿਸਮਿਲ੍ਲਾ ਬਾਬਾ ਉੱਚਾ ਉੱਚਾ ਨਾਰਾ ਹੱਥ ਚ ਹੈਦਰੀ। ਇਮਾਮ ਹੁਸੈਨ ਦੀ ਅਮਰ ਰਾਜ਼ੀ ਹੋਵੇ। ਮੈਂ ਮਜਲੇ ਸੇ ਜ਼ਿਆਦਾ ਉਹਨਾਂ ਜ਼ਿਕਰ ਚ ਆ ਕੇ ਸਿਰ ਨਹੀਂ ਹਿਲਾਉਣਾ ਚਾਹੀਦਾ। ਜ਼ੁਬਾਨ ਹਲਾ ਇਤਨਾ ਬੋਲ ਨਾਲ ਅਲਾ ਮੋਮਨ ਗਵਾਹ ਹੋਵੇ ਬਈ ਜ਼ਾਕਿਰ ਮਿੰਨਤ ਕਰੇ ਤੇ ਫਿਰ ਤੂੰ ਬੋਲੇ ਫਿਰ ਕੋਈ ਕਮਾਲ ਨਹੀਂ। ਤੇ ਇਮਾਮ ਹੁਸੈਨ ਬੁਲਾਏ ਬਾਨੀਆਂ ਨਹੀਂ ਬੁਲਾਇਆ। ਬਾਨੀਆਂ ਨਹੀਂ ਬੁਲਾਇਆ ਜਿਸ ਬੁਲਾਇਆ ਉਸ ਤੋਂ ਟੁੱਕਰ ਵੀ ਦਿੱਤਾ ਹੈ। ਥੋੜਾ 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 ਜਾ ਕੇ ਜਿਸ ਬੁਲਾਇਆ ਉਸ ਟੁੱਕਰ ਦਿੱਤਾ ਹੈ। ਇਹਨਾਂ ਦਾ ਕੋਈ ਅਹਿਸਾਨ ਨਹੀਂ ਇਹਨਾਂ ਦੀ ਤਾਂ ਨੌਕਰੀ ਉਹਨਾਂ ਆਪਣੀ ਨੌਕਰੀ ਕਰਨੀ ਹੈ। ਤੈਨੂੰ ਇਮਾਮ ਹੁਸੈਨ ਬੁਲਾਇਆ। ਮੈਂ ਜੁਮਲਾ ਆਖਣ ਲੱਗਾ ਬਾਬਾ ਜੀ ਵਿਰਾਹ ਵੀ ਉਹ ਬਜ਼ੁਰਗ ਵੀ ਉਹ ਜੁਮਲੇ ਦੀ ਦੁਆ ਚਾਹੀਦੀ ਹੈ। ਇਮਾਮ ਹੁਸੈਨ ਬੁਲਾਇਆ ਤੈਨੂੰ ਟੁੱਕਰ ਦੇਣਾ ਪਾਣੀ ਦੇਣਾ ਅਗਰ ਤੇਰੀ ਨੀਅਤ ਠੀਕ ਹੋਈ ਨਾ ਤੇ ਜੰਨਤ ਵੀ ਮਿਲ ਸੀ। ਸ਼ਾਬਾਸ਼ ਜਿਹਨਾਂ ਦੇ ਹੱਥ ਉੱਠੇ ਮਿਹਰਬਾਨੀ ਸਾਰੇ ਬੋਲੋ ਉੱਚਾ ਨਾਰਾ ਹੈ ਨਰੀ। ਅਲਾਹੁਮਾ ਸੱਲੀ ਅਲਾ ਮੁਹੰਮਦ ਵਾਲ ਬਈ ਤਵੱਜੋ ਅਗਰ ਤੇਰੀ ਨੀਅਤ ਠੀਕ ਹੋਈ ਜੰਨਤ ਮਿਲ ਸੀ। ਮੈਂ ਸਦਕੇ ਜਾਵਾਂ ਚਲੋ ਅੱਜ ਕੱਲ ਨੌਕਰਾਂ ਦੀ ਆ ਗਈ ਤੇ ਨੌਕਰਾਂ ਦੀ ਕਰ ਲੈਂਦੇ ਜਾਂ ਵੇਖ ਲੈ ਕਰਬਲਾ ਇਹਨਾਂ ਦੇ ਨੌਕਰ ਅਲੈ ਸਲਾਮ ਅਲੀਪੁਰ ਗਲੂਆਂ ਪੇ ਪੜਦਾ ਤੇ ਸਮਝਾਉਣਾ ਪੈ ਰਿਹਾ ਸਮਝਾ ਕੇ ਪੜ੍ਹਨਾ ਪੜ ਬਾਬਾ ਜੀ ਇਹਨਾਂ ਦੇ ਨੌਕਰ ਅਲੈ ਸਲਾਮ ਜਾਂ ਵੇਖ ਕਰਬਲਾ ਆਪਣੇ ਕੋਲੋਂ ਨਹੀਂ ਪਿਆਦਾ ਜਿਹੜੇ ਗਏ ਉਹ ਤਾਈਦ ਕਰੇ ਹੋਰ ਅਲੈ ਸਲਾਮ ਸਈਦ ਅਲੈਹਿ ਸਲਾਮ ਹੈ ਮੇਰਾ ਹੁਕਮ ਪੂਰਾ ਹੋ ਗਿਆ ਨਸੀਬ ਆਬਾਦ ਹੋਰ ਅਲੈਹਿ ਸਲਾਮ ਹੈ ਸਈਦ ਅਲੈਹਿ ਸਲਾਮ ਹੈ ਬੁਰੈਰ ਅਲੈਹਿ ਸਲਾਮ ਹੈ ਬੰਦਾ ਨਾ ਬੋਲੇ ਸਮਝੋ ਸਾਡੇ ਅਲਾ ਹੈ ਹੀ ਨਹੀਂ ਹੁਸੈਨ ਕਿਹੜਾ ਕਰੀਮ ਹੈ ਚੌਨ ਹਬਸ਼ੀ ਹੈ ਉਹ ਵੀ ਅਲੈਹਿ ਸਲਾਮ ਹੈ ਸਦਕੇ ਜਾਵਾਂ ਸਦਕੇ ਉੱਚਾ ਉੱਚਾ ਨਾਰਾ ਹੈ ਦਰੀ ਜੌਨ ਹਬਸ਼ੀ ਸਾਬਰ ਉਹ ਵੀ ਅਲੈਹਿ ਸਲਾਮ। ਅੱਛਾ ਮੈਂ ਹੁਣ ਸਵਾਲ ਆਰਾਮ ਨਾਲ ਕਰਨਾ ਚਾਹੀਦਾ ਸਵਾਲ ਦਾ ਹੱਕ ਦੁਨੀਆ ਦੇ ਹਰ ਬੰਦੇ ਨੂੰ ਸਵਾਲ ਦਾ ਹੱਕ ਹਰ ਬੱਚੇ ਨੂੰ ਹੈ ਹਰ ਬਜ਼ੁਰਗ ਨੂੰ ਹੈ ਹਰ ਇਨਸਾਨ ਨੂੰ ਸਵਾਲ ਦਾ ਹੱਕ ਸਵਾਲ ਮੇਰਾ ਹੱਕ ਹੈ ਸਵਾਲ ਮੇਰਾ ਹੱਕ ਹੈ ਮੈਂ ਸਵਾਲ ਕਰਦਾ ਇੱਕ ਬੰਦਾ ਵੀ ਬੋਲੇ ਰਾਜ਼ੀ ਹੈ ਕਿਬਲਾ ਜਿਨ੍ਹਾਂ ਦੇ ਵਿਹੜੇ ਦੇ ਨੌਕਰ ਅਲੈ ਸਲਾਮ ਹਨ ਸਰਦਾਰ ਰਜ਼ੀ ਅੱਲਾ ਕਿਵੇਂ
ਜਿਹੜਾ ਨਹੀਂ ਬੋਲਿਆ ਚੰਗਾ ਹੋਇਆ ਉਹਨੂੰ ਸਮਝ ਨਹੀਂ ਆਈ। ਉੱਚਾ ਬੋਲ ਹੈਦਰੀ ਹੈਦਰੀ ਜਿਨ੍ਹਾਂ ਹੱਥ ਕੋਲ ਸਦਾ ਦੇ ਜਿਨ੍ਹਾਂ ਦੇ ਵਿਹੜੇ ਦੇ ਨੌਕਰ ਅਲੈ ਸਲਾਮ ਸਰਦਾਰ ਰਜ਼ੀ ਅੱਲਾ ਕਿਵੇਂ ਆਪਣੀ ਮਰਜ਼ੀ ਦੀ ਵੰਡ ਬਣਾ ਲਈ। ਔਰ ਮੈਂ ਜਾਣਨਾ ਇਸ ਗੱਲ ਤੇ ਬੰਦਿਆਂ ਨਹੀਂ ਬੋਲਣਾ ਲੇਕਿਨ ਮੈਂ ਜ਼ਰੂਰ ਕਰਾਂ। ਪੰਜ ਤਨ ਪਾਕ ਬਾਰਾਂ ਇਮਾਮ ਚੌਦਾਂ ਮਾਸੂਮ ਇਹ ਸਾਰੇ ਆਖ ਰਹੇ ਕਿਆ ਬਾਕੀ ਮਾਸੂਮ ਨਹੀਂ ਹੁਣ ਨਹੀਂ ਬੋਲੇ ਰਸੂਲ ਆ ਦੇ ਸਾਰੇ ਮੁਹੰਮਦ ਇੰਤੂਆ ਦੇ ਚੌਦਾਂ ਮਾਸੂਮ ਹੁਣ ਨਹੀਂ ਬੋਲੇ ਰਸੂਲ ਦੀ ਜਿਹੜਾ ਗੱਲ ਨਾ ਮੰਨੇ ਉਹ ਤਿਲਾਂਤੀ ਹੈ ਤਿਲਾਂਤੀ ਕਿਉਂ ਬਣਨਾ ਰਸੂਲ ਅਦੇ ਕੁੱਲੋ ਨਾ ਮੁਹੰਮਦ ਤੂੰ ਅਦੇ ਚੌਦਾਂ ਮਾਸੂਮ ਹੈ ਅਗਰ ਸਿਰਫ ਚੌਦਾਂ ਮਾਸੂਮ ਹਨ ਕਿਆ ਹੁਸੈਨ ਦੀ ਬੇਟੀ ਮਾਸੂਮ ਨਹੀਂ ਅਠਾਰਾਂ ਤੇ ਪੁੱਤਰ ਹਨ ਅਲੀ ਦੇ ਰਸੂਲ ਅਦੇ ਸਾਰੇ ਮੁਹੰਮਦ ਹਨ ਹੁਣ ਨਹੀਂ ਬੋਲਣਾ ਤੁਸੀਂ ਬਵੀ ਬਹਿ ਕੇ ਸੋਚੀ ਮੁਖਾਲਫਤ ਕਹਿੰਦੀ ਕਰਨਾ ਆਪਣੀ ਜਾਂ ਰਸੂਲ ਦੀ ਸਾਰੇ ਮਾਸੂਮ ਹਨ ਔਰ ਇਸ ਦੀ ਸਭ ਤੋਂ ਵੱਡੀ ਦਲੀਲ ਹੈ ਇੱਕ ਬੰਦਾ ਵੀ ਬੋਲੇ ਮੈਂ ਰਾਜ਼ੀ ਹਾਂ ਇਸ ਦੀ ਸਭ ਤੋਂ ਵੱਡੀ ਦਲੀਲ ਹੈ ਸਾਇਮ ਚਿਸ਼ਤੀ ਫੈਸਲਾਬਾਦ ਵਾਲੇ ਸੁਣਨੀ ਹੈ ਉਹਨਾਂ ਦੀ ਉਹਨਾਂ ਦੇ ਬੇਟੇ ਕਿਤਾਬ ਲਿਖੀ ਖੁਤਬਾ ਮਾਸੂਮਾ ਹੁਸੈਨ ਦੀ ਬੇਟੀ ਦਾ ਖੁਤਬਾ ਇੱਕ ਬੰਦਾ ਬੋਲੇ ਮੈਂ ਰਾਜ਼ੀ ਹਾਂ ਉਹਨਾਂ ਦਰਜ ਕੀਤਾ ਕਿ ਹੁਸੈਨ ਦੀ ਬੇਟੀ ਅੱਬਾਸ ਦੇ ਲਹਿਜੇ ਚ 9 ਲੱਖ ਨੂੰ ਆਖਿਆ ਅਗਰ ਹਮ ਜਿਸਮੇ ਨਹੀਂ ਹੈ ਉਸ ਇਬਾਦਤ ਕੀ ਸਜ਼ਾ ਹੈ ਸ਼ਾਬਾਸ਼ ਉੱਚਾ ਬੋਲ ਹੈਦਰੀ ਸੈਣ ਇਹ ਨਹੀਂ ਆਖਿਆ ਮੈਂ ਹਮ ਸੈਣ ਇਹ ਨਹੀਂ ਆਖਿਆ ਮੈਂ ਸੈਣ ਆਖਿਆ ਹਮ ਜਿਸਮੇ ਨਹੀਂ ਹੈ ਉਸ ਇਬਾਦਤ ਕੀ ਸਜ਼ਾ ਹੈ ਬਹਿ ਕੇ ਸੋਚੀ ਕਿੱਥੇ ਬੰਦਾ ਲੈ ਜਾਵੇ ਗੱਲਾਂ ਆਸਣ ਖਬਰਾਂ ਲਕਸ਼ਣ ਖਬਰਾਂ ਵਾਸਤੇ ਹੀ ਬੀਬੀ ਦਾ ਫਿਰ ਤੂੰ ਲੋਕਾਂ ਨੂੰ ਦਰਸ ਨਹੀਂ ਦੇ ਸਕਦਾ ਅਗਰ ਤੇਰੀ ਨਜ਼ਰ ਇਹ ਸਿਰਫ 14 ਮਾਸੂਮ ਹਨ ਸਾਰੇ ਮਾਸੂਮ ਹਨ ਕਿਆ 12 ਇਮਾਮਾਂ ਦੀ ਔਲਾਦ ਮਾਸੂਮ ਨਹੀਂ ਬੋਲੋ ਫਿਰ ਲੋਕਾਂ ਨਾਲ ਕਿਉਂ ਲੜਨਾ ਹੈ ਅਗਰ ਲੋਕ ਕਿਸੇ ਨੂੰ ਕੋਈ ਗੱਲ ਕਰਦੇ ਨੇ ਤੇ ਤੇਰੀ ਆਪਣੀ ਗਲਤੀ ਹੈ ਤੂੰ ਵੰਡ ਬਣਾ ਲਈ ਹੈ ਵੀ ਸਿਰਫ 14 ਮਾਸੂਮ ਹਨ ਸਾਰੇ ਮਾਸੂਮ ਹਨ ਮਾਸ਼ਰ ਦੇ ਦਿਹਾੜੇ ਬਾਕੀ ਮਾਸੂਮ ਇੱਕ ਪਾਸੇ ਖੜੇ ਹੋਣ ਤੇ ਤੂੰ ਸਿਰਫ 14 ਕੋਲ ਜਾਸੇ ਹੁਣ ਨਹੀਂ ਬੋਲਣਾ ਤੁਸੀਂ ਅਲੀ ਅਲੀ ਸਿਰ ਲਾਉਣ ਲੱਗ ਪੈਂਦਾ ਅਲੀ 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 ਦਮ ਅਲੀ ਅਲੀ ਹੈਦਰੀ ਅਲੀ 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 ਮੁਲਤਾਨ ਅਦਾਦਾਰੀ ਜੀਓ ਸੌਣ ਵਾਲਾ ਤੂੰ ਹੀ ਜਿਵੇਂ ਸਮਝੀ ਅਲੀ 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 ਅਠਾਰਾਂ ਕਦੀਰ ਪਲਾਣਾ ਦਾ ਮਿੰਬਰ ਕਾਇਨਾਤ ਦੀ ਕੁੱਲੀ ਰਹਿਮਤ ਕਾਇਨਾਤ ਦੇ ਇਮਾਮ ਦਾ ਹੱਥ ਨਬੀ ਦੇ ਹੱਥ ਚਲੀ ਦਾ ਹੱਥ ਨਬੀ ਮੁਸਕਰਾ ਕੇ ਪਿਆ ਦਿਨ ਅਲੀ 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 ਦਮ ਅਲੀ 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 ਇੱਕ ਵਾਰੀ ਕੈਮਰਾ ਮੋੜ ਮੱਥਿਆਂ ਤੇ ਫੋਕਸ ਕਰ ਫਿਰ ਅਗਲੀ ਸਤਰ ਪੜਾ ਉੱਚਾ ਨਾਰਾ ਹੈਦਰੀ ਅਲੀ ਅਲੀ ਦਮ ਅਲੀ 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 ਸ਼ੇਰ ਪੜਦਾ ਫਿਰ ਲੈਸਾ ਜਦੋਂ ਮੈਂ ਸ਼ੇਰ ਪੜਾਂ
پھر لسا پہلے شیر پڑھا نبی فرما رہے ہیں من کنتم مولا فہذا علی یہ فرما بلانے کی کوشش نہ کرنا علی علی اچا بول اچا اچا ہے دری یہ فرما بلا او میرے بعد میری جگہ پہ چرند رونق سی میرے بعد میری جگہ پہ علی بن کسی کو بٹھا دے کی کوشش نہ کر ہن بولے علی پور ہن بولیا اچھا لال علی لال کلندر میرے بعد میری جگہ پہ علی بن کسی کو بٹھا دے کی کوشش نہ کرنا علی 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 دم علی 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 دم علی 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 چوتھی پنجویں منزل سے بابا آئی تھی جی میں ادا کر رہا ہوں جتنا سفر کراں گا ارمان لگے گا بھی علی پور پڑھے لکھے لوگوں کی سترہ کی بندے پریشان ہو گئے اتھے 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 نہیں بندے پریشان چہرے تو رونا کٹ گئی یہ کی بنے اس نو ہوئے ہوئے پریشانی بدلی جڑے ہس رہے ہیں وہ بدل گئے رخ بدلے نبی مسکرائے مسکرا کے ہاں جی داد نہیں چاہیے دعا چاہیے یہ شیر تے داد بھی چاہیے تو دعا بھی چاہیے صرف داد نہیں نال دعا بھی چاہیے شیر پہ پڑھدا نبی فرما رہے اگر میرا فرمان تم نے بلایا کسی غیر کو میرا نائب بنایا تو پھر یاد رکھنا بروز قیامت مجھے منہ دکھا دے کی کوشش نہ کر ہاتھ اچھا بول حیدر علی لال کلندر حیدری جیو پھر پڑھتا جی منگتے ہیں دی نہ پوچھو سارے بولو حیدری علی 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 دم علی 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 دم علی 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 دم علی 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 شیر پڑھتا جی میں کیا خیر ہوئے پریشان کر رہا اچھا ایک شیر پڑھی ہے رخ بدلنا مرشید ایک رخ بدلنے تے دل کر پیا اور بڑا اوکھا جہا رخ ایسا رخ ہے جتھے یاد آیا دعا کر ایسا رخ ہے
कहा ये अली ने मोहम्मद की जा पे मैं सोया नहीं सुलाया गया अली 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 दम अली 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 दम अली 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 सोया नहीं हूँ सुलाया जाना मैं आज नहीं बाबा आज मैं जाना नहीं मदीने के बाजार को कोई देखे मोहम्मद के असवार को कोई देखे नबी कह रहे हैं मैं इनकी सवारी बना खुद नहीं बनाया हाथ थले के रह गया हाथ लंबी छबी बड़ा उच्चा बोल है दरी नबी कह रहे हैं मैं इनकी सवारी बना खुद नहीं बनाया गया अली 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 दम अली 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 दम एक शेर पढ़ी और शेर वेखण नाल भी तलक रख ले जेदे मथे ते वट आवे उहनूं आप समझ किसी से ओहद में किसी ने ये पूछा नबूवत को क्यों छोड़ कर किबला भागे कहा शेख जी ने हाथ खोल भाई है शैतान की गलती मैं भागा नहीं भगाया गया शाबाश शाबाश उछल आ रहा ऊंचा 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 है नबी सदके जावा कहा शेख जी ने ऐसे मैं तोनू डीके च बैठा ऐसे ता की गलती मैं भागा नहीं भगाया गया हूँ अली 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 दम अली 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 दम अली अली राजी हो सारे राजी हो बीबी अरशा दे रंग लावे हदीसे के साहब पढ़ूंगा अच्छा वो बात एक तो छोड़ लेना मेरी मर्जी हदीसे के साहब पढ़ूंगा जी हदीसे के साहब नहीं पढ़ता सिर्फ के साहब पढ़ता सिर्फ के साहब ये आखो शुरू पे कर दा हदीसे के साहब नहीं सिर्फ के साहब चादर पाक बीबी दी पाक चादर अपना तारुफ आप करा रही है फरदेसानी पढ़ांगा मैं सद के जावा मैं फरदेसानी पढ़ांगा ते फिर सोचांगा भी ये मेरा साथ दे दे ते शेर पढ़िए नहीं ते मैं कसीदा बदल दूंगा एक तुहाडी मर्जी है पढ़िए है दरी बिस्मिल्लाह बिस्मिल्लाह हाँ हाँ अच्छा जी पढ़ देना गलत है ना जियो यार अली अली
ये मरहब से सुन ले कहा मुर्तजा ने ये मरहब से सुन ले इतना मजमा ना बोलिया मेरा कसूर नहीं कहा मुर्तजा ने ये मरहब से सुन ले मैं आया नहीं बुलाया गया सदके जावा उच्चारा अली 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 दम अली अली किसा किसा याद है ये सारे कसीदे एक पासे किसा एक पासे मेरी जिंदगी दा हासिल है बाबा पंजवें सतवें दिहाड़े कसीदा नवा ना पढ़ा मैं लुत्फ नहीं आता किसा पढ़न लगा मेरी रूह की गिज़ा बन गई किसा वो समझेगा वो बोलेगा जरा मां की गोद चो शी है नवे शीए नहीं पता लगना मैं की पढ़ती बीबी की चादर अपना तारुफ आप करा दे चादर भी यदि आओ बतलाओ तुमको मैं क्या मैं हिजाबे खुदा की रिदा आओ बतलाओ सारे बोलो हैदरी आओ बतलाओ तुमको मैं क्या हूं मैं हिजाबे खुदा की रिदा जेड़े सिर हला रहे हो चंगा होया समझ नहीं आई यही आखना हो बतलाओ तुमको मैं क्या मैं खुदा के रिदा आओ बतलाओ तुमको मैं क्या मैं क्या खुदा के रिदा मैं तो मरियम की भी सजदा गा मैं हिजाब खुदा की मैं तो मरियम उच्चा नारा बोल है दरी फिर बोल है दरी फिर बोल है दरी मैं तो मरियम की भी सजदा गा मैं हिजाब खुदा के रिदा मैं तो मरियम के भी सजदा गा मैं हिजाब खुदा के रिदा किसे मेरी फजीलत पाया हाँ मगर इससे कुछ कुछ आया जब मोहम्मद सराना दवा जब मोहम्मद सराना दवा तब मैं उसके लिए भी शिफा हूँ मैं हिजाब खुदा की उच्चा नारा उच्चा उच्चा बोल है दरी तब मैं उसके लिए भी शिफा मैं हिजाबे खुदा की रिदा एक बंदा रह गया एक मेरा रूल है मैं मजलिस में पढ़ता हूं ना सिर्फ दो कसीदे तीसरा शुरू की थी भैया अगर ये साथ देने के तो शेर पढ़ता चादर पे यदि तन के पता मैं कौन हूं मैंने इसमत में वो दबा पाया मुझको जबरील भी छू न पाया कोई तादम सुनदा सी कोई तादम नसीब बात सुनदा सी उच्चा बोल है दरी क्या बात है चादर पिया दी मैंने इसमत में वो रूप पाया मुझके जबरे ले पीछे न पाया मैंने इसमत में वो रूप पाया मुझके जबरे ले पीछे न पाया मैंने इसमत में वो रूप पाया मुझके जबरे ले पीछे न पाया मेरे साहब
نبی کا نہیں اپنا سایہ رون لگ پائے یہ چادر ہے یہ چادر ہے مومن رون لگ پائے یہ چادر ہے چادر پہ یادی میں نے عصمت میں وہ رتبہ پایا مجھے بریلے پیچھے نہ پایا میں نے عصمت میں وہ رتبہ پایا مجھے بریلے پیچھے نہ پایا دی چادر دی ایڈی عظمت او دی دھیاں جنگل چلو لگیاں سبحان اللہ ماریا چٹھے دن ماریا روا روا کے ماریا ٹرا ٹرا کے ماریا علی پورا لیا جے تو رو سکے اتنا کافرہ پاک محمد نو نہیں مارے آج اتنا مسلمان علی دیا دیا نو مارے آ کیا مجلس ہے کیا روحانیت ہے سبحان اللہ سبحان اللہ دو ہستیاں نو بڑا بابا جی زیادہ مارے آ دو ہستیاں نو زیادہ مارے ایک علی دی دی نو ایک علی دی اندھیاں دے مارنو صابر کیوں بزرگ ذاکر پڑ دیو دینے ایک دا چہرہ علی نال ملدہ ایک دا لہجہ علی نال ملدہ کیا بات ہے یار توڑی ہائے تو صدقے جامعہ بابا او میں قربان ادا دارا تو او میں صدقے دی سوڑی ہائے کرنا ایک دا چہرہ علی نال ملدہ ایک دا لہجہ علی نال ملدہ اچھا میں سوچ رہا ہوں ایک بند میں ہوں سید پر پڑھے ایک کی بند پڑھے یہ کہ پڑھن دی لوڑ نہیں پئی تو دو ترے واری ولایا نے تو پھر میں ایک لفظ رکھے ورنہ ممبر دے غلافے چاہتے ہیں مرشد امام حسین علیہ السلام دی پاک امہ دے آخری ساہ دی قسم عزادار امام حسین دے چکوال تو بند شروع کی تا ہون تک میں اس بند تو گے نہیں گے کدے کدے میرا دل کردہ ہے بند پڑھن تے گنیاں چنیاں مجلسہ دے میں بند پڑھے جتے میں نے پتہ ہویا ابھی بندے گلیاں چھوی روز ہیں علی پر دی دھرتی عطا ہے تیرے تے تیرے تے پاک محمد دی دھیدہ کرم ہے اگر میں بند سمجھا گیا تو گلیاں چھو روز ہیں لیکن سمجھے گا ہو جیڑا ماں دی گود چوشی ہے زنجیر لہ گئے نشان رہ گئے مارن لے تھک پے مری وڑا لے نہ تھکے جے نہیں سمجھ آئی تے میں انجا کھا تازیاں نے تھک پے علی دی اندھیاں نہ تھکیاں علی پورا لیا میں نو غازی دی قسم زندہ نہ تھک پے کیا بات ہے یار کیا بات ہے یار کیا بات ہے یار بابا جی سین دی قسم ہے آنکھے تے میں علم تے جا کے قسم چاہ دینا میں اینج تڑپ دے ویکھن ماتمی بند نہیں موت ہے جیس دیارے میں سنیا میں کافی دیر میری آنکھا جھنجو رہے چھوڑ میں پچھ دیا کے سن بیچو میں کہ یارے بند نہیں موت ہے جیس سننا چاہ میں نا ہوتا ہے نا بندے دا دل کدے صحیح کٹو بھی میں روما کلیاں بھمی لائف چل رہی ہے نیٹ کا دور ہے کلیاں بھمی یہ بند سمجھے سنے پھر تری ہائے ہو چیز روزی میں جمیں علی دی اندھیاں چاہنی ہیں حلکے دے ماتمیوں ویسے ہی توڑے علاقے دے جلوس مشہور ہیں ماتمی حلکے ہزاران دی تعداد اچھ ماتمی جیڑے حلکے چٹر دے ہونا جیڑا زندگی چھ ایک واری بھی حلکے چٹریا میں نوے میری گواہی دیا حلکے دا اصول ہے اگے اللہ پچھے شبی پچھے ماتمی پچھے مستوراں جیڑا اگے ہوئے ہو دے ہاتھے چی علم جیڑیاں مستوراں پچھے ہوندیاں ہوئی علم لے کے ٹردیاں
ہر کوئی ماتم کر دے کربلا دی جاگیر دے بنے تے آئے محمل تو علی دی دھی لتھی سجا ماتمی نال گل ہے سجاد نو ٹردا وے کے بی بی سامنے آئی ہے بی بی ادی سالار شریف مسافراں دا میری پوری کر منشا چا بی بی ادی پھٹے ہوئے برکے ماواں دے غازی دا لام بنا ہے تے اگلی سطر پڑھا یا بس کریے اگلی گل اوکھی ہے جی آنکھے تے اگلی پڑھدا ہن پھٹے برکے ماواں دے غازی دا علام تھوڑا جہا ہو آواز زیادہ کری میں تو کوئی بہانہ کرے میں سنیا نہیں سلام پہ کرتا راضی رانا حسین دی اما راضی ہوئے نوکر ہن پھٹے برکے ماواں دے غازی دا علام بنا مرشد ایک پاسے قبر حسین دی ایک پاسے قبر عباس دی علی دی دھی دی گل سنے ہن پٹے برکے ماواں دے غازی دا علام اچھا ماتمی مین ویکھے ماتمی مین ویکھے تے دل کرے تے ماتم کرے میں لفظ آکھا کچھ مٹی لے کے قبر غازی دی میرے سر تے زخم لکا جا بی بی ادی نہ دو قبراں دے ہاتھ دے وچ مینوں جیندی نو دفنا بی بی ادی میں وطن نہیں جانا اتھے دکھیا رے میں صدقے جاواں انہاں دو قبراں دے ہاتھ دے وچ مینوں جیندی نو ہائے ہائے اچھا سن اگلی سطر سن علی دی دھی پھراو دی قبر تھی آئیے غازی دی قبر تھی دید پہی ہے میری سین دی دید پہی کوئی پرندے نظر آئے نا جنہاں اڑنا نہیں بلکہ دوڑنا شروع کیتا سجاد مولا ہاتھ ملے را عقل مار کے دے اما پرندیاں دی عادت اڑنے اے اڑے نہیں ہے دوڑے کیوں ہیں نا مٹی دے جان پہی علی دی دھی عقل مار کے دیے کوئی گل عباس دے بچپن دی او مینو پکھیاں یاد دیوائی ہے زیادہ یہ سکار توڑ کے نہیں لگنا یہ سکار خاتون دی بی بی آدیا غازی تیری وفا تم کری آر بی بی آدیا تیری وفا تو سن کے مومنین کرام تشریف رکھو ذاکر اہل بیت شہنشاہ فضائل بحر المصائب جناب شوکت عباس بی